ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਦਿਨੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਇਹ ਉਹ ਜਥੇਦਾਰ ਹਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਛੇਕੂਨਾਮੇ ਜਾਰੀ ਕਰ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੋਇਆ ਸੀ। ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਉਹ ਸਿੱਖ ਇਤਿਹਾਸ ਦੇ ਪਹਿਲੇ ਜਥੇਦਾਰ ਹਨ ਜਿਨ੍ਹਾਂ ਨੇ ਇੱਕ ਛੇਕੇ ਹੋਏ ਸਿੱਖ ਨੂੰ ਆਪ ਫੋਨ ਕਰਕੇ ਆਪਣੇ ਉੱਤੇ ਸਿਆਸੀ ਦਬਾਅ ਹੋਣ ਦਾ ਪ੍ਰਗਟਾਵਾ ਕੀਤਾ ਸੀ। ਦੱਸ ਦਈਏ ਕਿ ਸੌਦਾ ਸਾਧ ਦੀ ਮਾਫ਼ੀ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀ, ਜਿਸ ਨੇ ਆਖਿਰਕਾਰ ਉਹਨਾਂ ਦੇ ਅਹੁਦੇ ਦੀ ਬਲੀ ਲੈ ਕੇ ਹੀ ਛੱਡੀ। ਪਰ ਹੁਣ ਜਦੋਂ ਉਹ ਸਿਆਸੀ ਦਬਾਅ ਤੋਂ ਮੁਕਤ ਹੋ ਗਏ ਹਨ ਤਾਂ ਹੁਣ ਉਹਨਾਂ ਨੂੰ ਚਾਹੀਦਾ ਕਿ ਉਹ ਅਜਿਹੀ ਹਾਲਤ ਵਿੱਚ ਸੌਦਾ ਸਾਧ ਦੀ ਮਾਫ਼ੀ ਸਮੇਤ ਛੇਕੂਨਾਮਿਆਂ ਦਾ ਪੂਰਾ ਸੱਚ ਆਪਣੇ ਮੂੰਹੋਂ ਸੁਣਾ ਦੇਣ। ਇਹ ਸਾਰੇ ਮਾਮਲੇ ਇੰਨੇ ਗੰਭੀਰ ਹਨ ਕਿ 100 ਸਾਲ ਮਗਰੋਂ ਵੀ ਇਹਨਾਂ ਬਾਰੇ ਵਿਚਾਰ ਚਰਚਾ ਜ਼ਰੂਰ ਹੋਵੇਗੀ। ਦੱਸ ਦਈਏ ਕਿ ਇਸ ਮਾਮਲੇ 'ਤੇ ਬਹੁਤ ਸਾਰੀਆਂ ਗੱਲਾਂ ਵੀ ਸਾਹਮਣੇ ਆਉਣਗੀਆਂ। ਗਿਆਨੀ ਗੁਰਬਚਨ ਸਿੰਘ ਦਾ ਇਹਨਾਂ ਮਾਮਲਿਆਂ 'ਤੇ ਚੁੱਪ ਰਹਿਣਾ ਉਹਨਾਂ ਨੂੰ ਹੋਰ ਵੀ ਵੱਡਾ ਦੋਸ਼ੀ ਬਣਾ ਸਕਦਾ ਹੈ। ਪਰ ਜੇ ਉਹ ਸਹੁੰ ਚੁੱਕ ਕੇ ਪੂਰਾ ਸੱਚ ਇਸ ਵੇਲੇ ਬਿਆਨ ਕਰ ਦੇਣਗੇ ਤਾਂ ਇਸ ਸੱਚ ਦਾ ਬਹੁਤ ਸਾਰਾ ਫਾਇਦਾ ਵੀ ਉਹਨਾਂ ਨੂੰ ਮਿਲ ਸਕਦਾ ਹੈ। ਪੰਥਕ ਮਹਾਰਾਂ ਦਾ ਕਹਿਣਾ ਹੈ ਕਿ ਜਥੇਦਾਰ ਗੁਰਬਚਨ ਸਿੰਘ ਨੂੰ ਆਪਣੇ ਤੇ ਆਪਣੇ ਪੁੱਤਰ ਦੇ ਸਿਆਸੀ ਭਵਿੱਖ ਦੀ ਚਿੰਤਾ ਕਰਨ ਦੀ ਬਜਾਏ ਪੂਰਾ ਸੱਚ ਹੁਣ ਪੰਥ ਦੇ ਸਾਹਮਣੇ ਰੱਖ ਦੇਣਾ ਚਾਹੀਦਾ। ਇਸ ਨਾਲ ਜਿੱਥੇ ਉਹਨਾਂ ਪ੍ਰਤੀ ਸਿੱਖਾਂ ਦਾ ਗੁੱਸਾ ਘਟੇਗਾ ਉੱਥੇ ਨਾਲ ਹੀ ਪੰਥ ਨੂੰ ਅਗਲੇ ਫੈਸਲੇ ਲੈਣ ਸੰਬੰਧੀ ਵੀ ਗਿਆਨ ਮਿਲ ਸਕੇਗਾ। ਪਰ ਦੇਖਣਾ ਇਹ ਹੋਵੇਗਾ ਕਿ ਗਿਆਨੀ ਗੁਰਬਚਨ ਸਿੰਘ ਆਪਣੇ ਕਾਰਜਕਾਲ ਦੌਰਾਨ ਸਿਆਸੀ ਦਬਾਅ ਹੇਠ ਲਏ ਗਏ ਫੈਸਲਿਆਂ ਦਾ ਸੱਚ ਸਿੱਖ ਕੌਮ ਅੱਗੇ ਰੱਖਦੇ ਹਨ ਜਾਂ ਨਹੀਂ। ਬਿਊਰੋ ਰਿਪੋਰਟ, ਸਪੋਕਸਮੈਨ TV। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ 5:30 ਬੈਂਡ ਹੈ 5:30 ਬੈਂਡ ਥੋੜੇ ਹੁੰਦੇ ਚੱਲ ਚੱਲ 5:30 ਬੈਂਡ ਨਾਲ ਛੱਡੀ ਦੀ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਹੈ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਹੈਗੀ ਚੱਲ ਬੈਠ ਜਾ ਕੇ ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ ਪਰ 51% ਆਏ ਉਹ 50 ਵੀ ਚੱਲਣਗੇ ਚਲੋ 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 ਯਾਰ ਢਿੱਲੇ ਕੋ ਬੈਠੇ ਹੋ ਕਾਲਾ ਕਿਉਂ ਪਹਿਨਾ ਉਹ ਕਾਲੇ ਤੇ ਪਹਿਨਾ ਬਾਹਰ ਬਹੁਤ ਸਾਰੇ ਸਟੂਡੈਂਟ ਆ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 7374-75 ਸੈਕਟਰ 17D ਚੰਡੀਗੜ੍ਹ ਕੰਟੈਕਟ 0181 5044-999